ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਪਰਮਜੀਤ ਸਿੰਘ ਪਟੀ ਪਿੰਡ ਡਸਕਾ ਜ਼ਿਲ੍ਹਾ ਸੰਗਰੂਰ ਤਹਿਸੀਲ ਲਹਿਰਾਗਾਗਾ ਹਰ ਐਤਵਾਰ ਨੂੰ ਪਿੰਡ ਡਸਕੇ ਦੇ ਵਿੱਚ ਆਪਾਂ ਮਰੀਜ਼ਾਂ ਨੂੰ ਮਿਲਦੇ ਆਂ ਜਿਹੜੇ ਛੋਟੀਆਂ ਤੋਂ ਲੈ ਕੇ ਵੱਡੀਆਂ ਬਿਮਾਰੀਆਂ ਦੇ ਨਾਲ ਕਈ ਕਈ ਸਾਲਾਂ ਤੋਂ ਜੂਝ ਰਹੇ ਐ ਦਵਾਈਆਂ ਖਾ ਰਹੇ ਐ ਅੱਕ ਤੇ ਥੱਕ ਚੁੱਕੇ ਐ ਠੀਕ ਨਹੀਂ ਹੋ ਰਹੇ ਉਹ ਹਰ ਐਤਵਾਰ ਨੂੰ ਪਿੰਡ ਡਸਕੇ ਦੇ ਵਿੱਚ ਮੈਨੂੰ ਮਿਲ ਕੇ ਆਪਣੀ ਨਵਜ ਦਿਖਾ ਕੇ ਦੇਸੀ ਜੜੀ ਬੂਟੀਆਂ ਦੇ ਨਾਲ ਬਣੀਆਂ ਹੋਈਆਂ ਦਵਾਈਆਂ ਦੇ ਨਾਲ ਆਪਣੇ ਰੋਗਾਂ ਦਾ ਬਹੁਤ ਹੀ ਘੱਟ ਸਮੇਂ 'ਚ ਗਰੰਟੀ ਦੇ ਨਾਲ ਇਲਾਜ ਕਰਵਾ ਸਕਦੇ ਐ ਡਸਕੇ ਪਿੰਡ ਦੇ ਵਿੱਚ ਹਰ ਐਤਵਾਰ ਨੂੰ ਆਪਾਂ ਮਿਲਦੇ ਹਾਂ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ ਦੇ 7 ਵਜੇ ਤੱਕ ਜਿਹੜਾ ਇਹ ਡਸਕਾ ਪਿੰਡ ਹੈ ਇਹ ਸੰਗਰੂਰ ਜ਼ਿਲ੍ਹੇ ਦਾ ਪਿੰਡ ਹੈ ਤਹਿਸੀਲ ਹੈ ਜਿਹੜੀ ਇਹ ਲਹਿਰਾਗਾਗਾ ਹੈ ਤੇ ਜ਼ਿਲ੍ਹਾ ਸੰਗਰੂਰ ਹੈ ਨੇੜੇ ਸ਼ਹਿਰ ਬੁੜਲਾਡਾ ਸੁਨਾਮ ਬਰੇਟਾ ਲਹਿਰਾਗਾਗਾ ਇਹ ਨੇੜੇ ਸ਼ਹਿਰ ਨੇ ਹਰ ਐਤਵਾਰ ਨੂੰ ਆਪਾਂ ਮਰੀਜ਼ਾਂ ਨੂੰ ਮਿਲਦੇ ਹਾਂ ਸਾਡੇ ਦਵਾਖਾਨੇ ਨੂੰ ਬਦਨਾਮ ਕਰਨ ਵਾਸਤੇ ਕਿਉਂਕਿ ਜਦੋਂ ਕਿਸੇ ਬੰਦੇ ਦੀ ਚੜ੍ਹਾਈ ਹੁੰਦੀ ਹੈ ਇਹ ਸੰਸਾਰ ਦੀ ਰੀਤ ਹੈ ਵੀ ਉਹਦੇ ਵਿਰੋਧੀ ਪੈਦਾ ਹੋਣ ਹੀ ਹੁੰਦੇ ਜਦੋਂ ਬੰਦਾ ਵਿਕਾਸ ਕਰਦਾ ਹੈ ਉਹਦੀਆਂ ਲੱਤਾਂ ਖਿੱਚਣ ਵਾਲੇ ਹੁੰਦੇ ਹੀ ਹੁੰਦੇ ਆ ਸਾਡੇ ਦਵਾਖਾਨੇ ਨੂੰ ਬਦਨਾਮ ਕਰਨ ਵਾਸਤੇ ਗਲਤ ਪ੍ਰਚਾਰ ਕਈ ਕਰਦੇ ਆ ਸਾਡੇ ਡਸਕੇ ਪਿੰਡ ਦੇ ਵੀ ਕੁਝ ਐਸੇ ਸ਼ਰਾਰਤੀ ਲੋਕ ਐ ਜਿਹੜੇ ਕਹਿੰਦੇ ਆ ਉਹਨਾਂ ਦੀ ਦਵਾਈ ਨਾਲ ਕੋਈ ਠੀਕ ਨਹੀਂ ਹੁੰਦਾ ਜੀ ਉੱਥੇ ਨਾ ਜਾਓ ਜੀ ਉਹ ਤਾਂ ਗਲਤ ਦਵਾਈਆਂ ਦਿੰਦੇ ਆ ਇਦਾਂ ਦੇ ਲੋਕ ਐ ਸਾਡੇ ਪਿੰਡ 'ਚ ਵੀ ਉਹਨਾਂ ਤੋਂ ਜ਼ਰੂਰ ਸੁਚੇਤ ਰਹਿਣਾ ਹਰ ਐਤਵਾਰ ਨੂੰ ਪਿੰਡ ਡਸਕੇ ਦੇ ਵਿੱਚ ਆਪਾਂ ਮਰੀਜ਼ਾਂ ਨੂੰ ਮਿਲਦੇ ਹਾਂ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ ਦੇ 7 ਵਜੇ ਤੁਸੀਂ ਮਿਲ ਕੇ ਰੋਗਾਂ ਦਾ ਇਲਾਜ ਗਰੰਟੀ ਦੇ ਨਾਲ ਕਰਵਾ ਸਕਦੇ ਹੋ ਅੱਜ ਜਿਸ ਵਿਸ਼ੇ ਦੇ ਸਬੰਧ ਚ ਮੈਂ ਤੁਹਾਡੇ ਸਾਹਮਣੇ ਆਇਆ ਉਹ ਹੈ ਤਾਂਤ ਨੌਜਵਾਨਾਂ ਦਾ ਰੋਗ ਹੈ ਇਹਨਾਂ ਨਾਮਰਾਦ ਰੋਗ ਹੈ ਕਿ ਸਰੀਰ ਨੂੰ ਚਾਹੇ ਜਿੱਡਾ ਮਰਜੀ ਤਾਕੜਾ ਸਰੀਰ ਹੋਵੇ ਡੱਕੇ ਵਰਗਾ ਸੁਕਾ ਕੇ ਕਰ ਦਿੰਦਾ ਹੈ ਸਰੀਰ ਦੇ ਵਿੱਚ 1% ਤਾਕਤ ਨਹੀਂ ਰਹਿੰਦੀ ਬੰਦਾ ਬਿਲਕੁਲ ਡੈਡ ਹੋ ਜਾਂਦਾ ਹੈ ਖਤਮ ਹੋ ਜਾਂਦਾ ਹੈ ਸਾਰੇ ਪੱਖੋਂ ਸੋ ਇਹ ਸਰੋਗ ਨੂੰ ਜੇ ਸਹੀ ਸਮੇਂ ਤੇ ਨਾ ਇਲਾਜ ਕੀਤਾ ਜਾਵੇ ਦੇਖ ਰੇਖ ਨਾ ਹੋਵੇ ਤਾਂ ਇਹਦੇ ਨਾਲ ਬਹੁਤ ਸਰੀਰ ਨੂੰ ਭਾਰੀ ਨੁਕਸਾਨ ਵੀ ਹੁੰਦਾ ਸੋ ਇਸ ਰੋਗ ਤੋਂ ਬਚਣ ਲਈ ਔਰ ਇਸ ਰੋਗ ਜਿਨ੍ਹਾਂ ਨੂੰ ਹੋ ਗਿਆ ਉਹਨਾਂ ਨੂੰ ਗਰੰਟੀ ਨਾਲ ਇਸ ਰੋਗ ਤੋਂ ਖੜਾ ਛੜਨ ਲਈ ਮੈਂ ਮਹਾਪੁਰਸ਼ਾਂ ਦਾ ਨਸਿਆ ਹੋਇਆ ਨੁਕਸਾ ਤੁਹਾਡੀ ਝੋਲੀ 'ਚ ਪਾਉਣ ਲੱਗੇ ਆਂ ਗਰੰਟੀ ਨਾਲ ਦਾਅਵੇ ਨਾਲ ਕਹਿ ਸਕਦਾ ਤਾਂਤ ਰੋਗ ਇੱਕ ਮਹੀਨੇ 'ਚ ਖਤਮ ਹੋ ਜਾਂਦਾ ਇਹਦੇ ਨਾਲ 3 ਮਹੀਨੇ ਵਰਤਣੀ ਪੈਂਦੀ ਹੈ ਦੁਬਾਰੇ ਤਾਂਤ ਨਹੀਂ ਹੁੰਦੀ ਨੌਜਵਾਨਾਂ ਦੇ ਜਿੰਨੇ ਵੀ ਰੋਗ ਹੈ ਚਾਹੇ ਸੈਕਸ ਟਾਈਮਿੰਗ ਹੈ ਚਾਹੇ ਸੋਪਣ ਦੋਸ਼ ਹੈ ਚਾਹੇ ਤਾਂਤ ਹੈ ਢਿੱਲਾਪਨ ਹੈ ਟੇਡਾਪਨ ਹੈ ਛੋਟਾਪਨ ਹੈ ਪਤਲਾਪਨ ਹੈ ਜਿੰਨੇ ਮਰਜ਼ੀ ਸੈਕਸ ਦੇ ਰੋਗ ਨੇ ਇਹ ਬਿਲਕੁਲ ਨਮਰਦ ਬੰਦਾ ਹੈ ਗਰੰਟੀ ਨਾਲ ਦਾਵੇ ਨਾਲ ਸਟਾਮਪ ਪੇਪਰ ਤੇ ਲਿਖ ਕੇ ਗਰੰਟੀ ਦੇਵਾਂਗੇ 1 ਮਹੀਨੇ ਦੇ ਵਿੱਚ ਡੈਡ ਬੰਦੇ ਨੂੰ ਬਿਲਕੁਲ ਠੀਕ ਕਰ ਦਿੰਨੇ ਆਪਾਂ 1 ਮਹੀਨੇ ਚ ਤਾਂਤ ਰੋਗ ਖਤਮ ਹੋ ਜਾਂਦਾ ਹੈ ਸੁਭਨ ਦੋਸ਼ ਰੋਗ ਖਤਮ ਹੋ ਜਾਂਦਾ ਜਿਹੜੀ ਹੈਗੀ ਹੈ ਟਾਈਮਿੰਗ 15 ਮਿੰਟ ਹੋ ਜਾਂਦੀ ਹੈ ਔਰ ਲਿੰਗ ਦਾ ਸਾਈਜ਼ 1 ਮਹੀਨੇ ਚ 1 ਇੰਚ ਗਰੰਟੀ ਨਾਲ ਅਸੀਂ ਵਧਾਉਨੇ ਹਰ ਐਤਵਾਰ ਨੂੰ ਡਸ ਕੇ ਪਿੰਡ ਚ ਆਪਾਂ ਦਵਾਈ ਦਿੰਨੇ ਆ ਤੁਸੀਂ ਮਿਲ ਕੇ ਮੈਨੂੰ ਆਪਣੇ ਰੋਗਾਂ ਦਾ ਗਰੰਟੀ ਦੇ ਨਾਲ ਇਲਾਜ ਕਰਵਾ ਸਕਦੇ ਹੋ ਕੱਲਾ ਬੰਦਾ ਮੇਰੇ ਕੋਲੇ ਅੰਦਰ ਆਉਂਦਾ ਮੇਰੇ ਦਫ਼ਤਰ 'ਚ ਸੰਗਤ 'ਚ ਕਈਆਂ ਨੂੰ ਭਲੇਖਾ ਹੁੰਦਾ ਵੀ ਸੰਗਤ 'ਚ ਮਿਲਦੇ ਹੋਣਗੇ ਨਹੀਂ ਵਾਰੀ ਸਰ ਤੇ ਮਰੀਜ਼ਾਂ ਦੀ ਵਾਰੀ ਆਉਂਦੀ ਹੈ ਜਦੋਂ ਮੇਰੇ ਕੋਲੇ ਅੰਦਰ ਮਰੀਜ਼ ਕੱਲਾ ਮਿਲਦਾ ਕੱਲਾ ਆਪਣਾ ਦੁੱਖ ਦੱਸਦਾ ਕੱਲੇ ਦਾ ਇਲਾਜ ਹੁੰਦਾ ਗੋਪਤ ਤੌਰ ਤੇ ਸੋ ਹਰ ਐਤਵਾਰ ਨੂੰ ਡਸ ਕੇ ਪਿੰਡ 'ਚ ਆਪਾਂ ਮਿਲਦੇ ਆ ਤੁਸੀਂ ਮਿਲ ਕੇ ਨੌਜਵਾਨ ਆਪਣੇ ਰੋਗਾਂ ਦਾ ਗਰੰਟੀ ਦੇ ਨਾਲ ਇਲਾਜ ਕਰਵਾ ਸਕਦੇ ਆ ਸੋ ਅੱਜ ਜਿਹੜਾ ਰੋਗ ਹੈ ਉਹ ਹੈ ਤਾਂਤ ਬਹੁਤ ਹੀ ਨਾਮਰਾਦ ਰੋਗ ਹੈ ਮੈਂ ਤੁਹਾਨੂੰ ਦੱਸਿਆ ਵੀਰਜ ਖਤਮ ਹੋ ਜਾਂਦਾ ਹੈ ਸਰੀਰ ਦੇ ਵਿੱਚੋਂ ਵੀਰਜ ਜਿਹੜਾ ਪਤਲਾ ਹੋ ਹੋ ਕੇ ਪਿਸ਼ਾਬ ਤੋਂ ਬਾਅਦ ਜਾਂ ਪਿਸ਼ਾਬ ਤੋਂ ਪਹਿਲਾਂ ਲੇਸ دار ਪਾਣੀ ਤਾਂਤ ਡਿੱਗਣ ਲੱਗ ਜਾਂਦੀ ਹੈ ਫਿਰ ਪਿਸ਼ਾਬ ਵਿੱਚ ਘੁਲ ਕੇ ਆਉਣ ਲੱਗ ਜਾਂਦੀ ਹੈ ਕਈ ਹੱਡਖੋਰ ਵੀ ਕਹਿੰਦੇ ਆ ਇਹਨੂੰ ਸੋ ਅਵੱਖੋ ਵੱਖਰੇ ਨਾਂ ਨੇ ਸੋ ਇਹਦੇ ਵਿੱਚ ਜਿਹੜੀਆਂ ਤੁਸੀਂ ਅਸ਼ੋਧੀਆਂ ਦਵਾਈਆਂ ਲੈਣੀਆਂ ਆ ਉਹ ਨੋਟ ਕਰ ਲਓ ਜੀ ਰਸੌਣਤ ਲੈਣੀ ਹੈ 50-50 ਗ੍ਰਾਮ ਲੈ ਲਓ ਰਸੌਣਤ ਕਾਲੇ ਬਾਸੇ ਦੀ ਛਿੱਲੜ ਤੇ ਬੇਲਗिरी ਕਿਕਰ ਦਾ ਸੱਕ ਕਿਕਰ ਦੀ ਫਲੀ ਆਮਲਾ ਸੁੱਕਿਆ ਹੋਇਆ ਬਾਠਾ ਜਾਂ ਪਾਠਾ ਕਹਿੰਦੇ ਆ ਸੀ ਪਖੜਾ ਮੂਲੀ ਦੇ ਬੀਜ ਨੁਸਾਦਰ ਧਣੀਏ ਦੇ ਬੀਜ ਪੁਦੀਨਾ ਸੁੱਕਿਆ ਹੋਇਆ ਚੌਰਾਇਤਾ ਤੇ ਨਾਗਰ ਮੋਥਾ ਤੇ ਇਹਦੇ ਵਿੱਚ ਪਾਉਣੀ ਹੈ 10 ਗ੍ਰਾਮ ਮੋਤੀ ਪਸਮ ਇਹ ਸਾਰੀਆਂ ਚੀਜ਼ਾਂ ਚੰਗੀ ਤਰ੍ਹਾਂ ਬਰੀਕ ਪੀਸ ਕੇ ਮਿਕਸ ਕਰਕੇ ਇੱਕ ਚਮਚਾ ਦਵਾਈ ਸਵੇਰੇ ਖਾਲੀ ਪੇਟ ਕੱਚੀ ਲੱਸੀ ਨਾਲ ਲੈਣੀ ਹੈ ਅੱਧਾ ਦੁੱਧ ਅੱਧਾ ਪਾਣੀ ਇੱਕ ਚਮਚਾ ਦਵਾਈ ਸ਼ਾਮ ਨੂੰ ਰੋਟੀ ਤੋਂ 2 ਘੰਟੇ ਪਹਿਲਾਂ ਦੋ ਟਾਈਮ ਇੱਕ ਇੱਕ ਚਮਚਾ ਦਵਾਈ ਕੱਚੀ ਲੱਸੀ ਦੇ ਨਾਲ ਲੈਣੀ ਹੈ ਮੈਂ ਗਰੰਟੀ ਨਾਲ ਦਾਅਵੇ ਨਾਲ ਸਟੈਂਪ ਪੇਪਰ ਤੇ ਲਿਖ ਕੇ ਗਰੰਟੀ ਦੇ ਦਿੰਦਾ ਇੱਕ ਮਹੀਨਾ ਇਹ ਨੁਕਤਾ ਵਰਤ ਲੋ ਤੁਹਾਡਾ ਨੂਤਾਂਤ ਬਿਲਕੁਲ ਪਹਿਲੇ ਦਿਨ ਤੋਂ ਡਿੱਗਣੀ ਬੰਦ ਹੋ ਜਾਏਗੀ ਇੱਕ ਮਹੀਨੇ ਚ ਤਾਂਤ ਖਤਮ ਹੋ ਜਾਏਗੀ 2 ਜਾਂ 3 ਮਹੀਨੇ ਪੂਰਾ ਇਸ ਨੁਕਤੇ ਨੂੰ ਵਰਤ ਲਓ ਦੁਬਾਰੇ ਤਾਂਤ ਨਹੀਂ ਪੈਂਦੀ ਆਪ ਵਰਤੋ ਹੋਰਾਂ ਨੂੰ ਅੱਗੇ ਦੱਸੋ ਵੀਡੀਓ ਨੂੰ ਅੱਗੇ ਸ਼ੇਅਰ ਕਰਦਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਜੋ ਹਰ ਇੱਕ ਵੀਡੀਓ ਤੁਹਾਡੇ ਕੋਲੇ ਪਹਿਲ ਦੇ ਆਧਾਰ ਤੇ ਪਹੁੰਚ ਸਕੇ ਬਾਕੀ ਜਿਨ੍ਹਾਂ ਨੇ ਮੈਨੂੰ ਮਿਲਣਾ ਹੈ ਉਹ ਐਤਵਾਰ ਨੂੰ ਪੈਂਡ ਡਸਕੇ ਦੇ ਵਿੱਚ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ ਦੇ 7 ਵਜੇ ਤੱਕ ਆਪਾਂ ਮਿਲਦੇ ਆ ਮੈਨੂੰ ਮਿਲ ਕੇ ਆਪਣੇ ਗਰੰਟੀ ਦੇ ਨਾਲ ਰੋਗਾਂ ਦਾ ਇਲਾਜ ਕਰਵਾ ਸਕਦੇ ਹਾਂ ਤੁਹਾਡਾ ਸਭ ਦਾ ਧੰਨਵਾਦ ਜਿੰਨੇ ਵੀ ਸਾਡੇ ਨਾਲ ਜੁੜੇ ਹੋਏ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ